ਕੱਲ ਦਾ ਹੀ ਪ੍ਰੋਗਰਾਮ ਸੀ ਜਿਹੜੇ ਪ੍ਰੋਗਰਾਮ ਵਿੱਚ ਉਸ ਬੱਚੀ ਨੇ ਪਾਰਟਿਸਿਪੇਟ ਕੀਤਾ ਸੀਗਾ। ਹਾਂਜੀ, ਬੁੱਧਵਾਰ ਵਾਲਾ ਮੈਂ ਪ੍ਰੋਗਰਾਮ ਸੀ ਅੱਜ। ਇੰਨੀ ਹੈਰਾਨ, ਕੱਲ ਦਾ ਹੀ ਸੀ ਨਹੀਂ, ਬੁੱਧਵਾਰ ਨੂੰ ਸੀ ਪ੍ਰੋਗਰਾਮ ਸਿੱਖ ਤੇ ਪਾਠਸ਼ਾਹ। ਹਾਂਜੀ ਉਹ ਕਮਾਲ ਸੀ ਉਹ ਬੱਚੀ, ਸੈਲਿਊਟ ਹੈ ਉਹਨੂੰ। ਮੈਂ ਮੇਰਾ ਦਿਲ ਕਰਦਾ ਸੀ ਕਿ ਮੈਂ ਕਹਾਂ, ਪਰ ਉਹਨੇ ਉਸ ਤੋਂ ਪਹਿਲਾਂ ਹੀ ਕਹਿਤਾ ਕਿ ਵੀ ਮੈਂ ਤੇ ਆਲਰੇਡੀ ਮਾਈ ਭਾਗੋ ਵਾਲ ਵਰਗੀ ਆ, ਜਿਹੜੀ ਏਡੀ ਕ ਇੰਨੇ ਕ ਸਾਲਾਂ ਦੀ ਬੱਚੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜਾ ਕੇ ਉੱਥੇ ਭਿੰਡਰਾਂ ਵਾਲੇ ਦੇ ਗੁਰਦੁਆਰੇ ਨੂੰ ਕਵੇ ਵੀ ਇਹ ਗੁਰਦੁਆਰਾ ਤੁਸੀਂ ਕਿਉਂ ਬਣਾਇਆ, ਵੀ ਉਹਨੇ ਇੰਨੇ ਬੰਦੇ ਮਰਵਾਏ। ਮੈਂ ਉਹਦੀ ਜੁਰਤ ਤੇ ਹੈਰਾਨ ਆ, ਮੈਂ ਉਹਦੀ ਸੋਚ ਤੇ ਹੈਰਾਨ ਆ, ਔਰ ਉਹ ਜਿਹੜੀਆਂ ਕਾਮਨ ਸੈਂਸ ਦੀਆਂ ਗੱਲਾਂ, ਜਿਹੜੀ ਗੱਲ ਉਹਨੇ ਕਹੀ ਸੀ ਨਾ ਕਿ ਅਸੀਂ ਇਸ ਤਰ੍ਹਾਂ ਸੋਚਦੇ ਸੀ, ਹਰਨੇਕ ਦੇ ਪ੍ਰੋਗਰਾਮ ਨੇ ਅਥੈਂਟਿਸਿਟੀ ਉਸ ਚੀਜ਼ ਨੂੰ ਦਿੱਤੀ। ਅਸੀਂ ਬਲਜਿੰਦਰ ਡਰਦੇ ਗੱਲ ਨਹੀਂ ਕਰਦੇ ਸੀ ਕਿ ਅਸੀਂ ਇਸ ਤਰ੍ਹਾਂ ਸੋਚਦੇ ਹਾਂ, ਸਾਡੀ ਹਿੰਮਤ, ਕਿਉਂਕਿ ਸਾਡਾ ਆਲਾ ਦੁਆਲਾ ਸਾਰਾ ਹੀ ਸਾਨੂੰ ਭੱਜ ਕੇ ਪੈ ਜਾਣਾ। ਇੱਕੋ ਹੀ ਲਫ਼ਜ਼ ਆਣਾ, ਤੂੰ ਬਹੁਤ ਹੀ ਸਿਆਣੀ ਹੈ, ਬੰਦਾ ਹੈ ਨਾ, ਇਕੱਲੇ ਹੋਣ ਤੋਂ ਡਰਦਾ ਹੈ ਜਦਕਿ ਜੀ, ਇਹ ਬੰਦੇ ਡਰਦਾ ਸਾਰੀਆਂ, ਜੇ ਮੈਂ ਇਦਾਂ ਗੱਲ ਕਰੂੰਗਾ ਤਾਂ ਮੈਂ ਤਾਂ ਹਾਂ ਕੱਲਾ ਪੈ ਜਾਊਂਗਾ ਹਾਂ ਸਮਾਜ ਦੇ ਵਿੱਚ। ਹਾਂ, ਮਤਲਬ ਇਹਨਾਂ ਨੇ, ਮਤਲਬ ਸਾਨੂੰ ਉਹਨਾਂ ਉਹਦੀ ਵੀ ਕੋਈ ਪਰਵਾਹ ਨਹੀਂ, ਪਰ ਸਾਰਿਆਂ ਨੇ ਨਾ ਮਤਲਬ ਰਾਸ਼ਨ ਪਾਣੀ ਲੈ ਕੇ ਤੇ ਚੜ ਜਾਣਾ ਉਹਨਾਂ ਨੇ, ਮਤਲਬ ਸਾਨੂੰ ਉਹਨਾਂ ਟਿੱਲ ਲਾ ਦੇਣਾ ਸਾਨੂੰ ਗਲਤ ਸਾਬਿਤ ਕਰਨ ਦਾ। ਫਿਰ ਮਹਾਰਾਜ ਨੇ ਲਿਖਿਆ ਹੀ ਹੈ ਕਿ ਮੂਰਖੇ ਨਾਲ ਨਾ ਲੁਜੀਏ, ਕਿਉਂਕਿ ਜਿਹੜੀ ਕਾਮਨ ਸੈਂਸ ਦੀ ਗੱਲ ਹੈ ਨਾ, ਜੇ ਅੱਜ ਤੋਂ ਅਸੀਂ ਜਿੰਨੇ ਦੇਰ ਪਿੱਛੇ ਚਲ ਜਾਈਏ, ਗੁਰੂ ਸਾਹਿਬ ਤੇ ਬਾਕੀ ਲੋਕਾਂ ਦੇ ਵਿੱਚ ਕੀ ਡਿਫਰੈਂਸ ਸੀ? ਇਹੀ ਇੰਟੈਲੈਕਚੁਅਲਿਟੀ ਤੇ ਇੰਟੈਲੀਜੈਂਸ ਹੀ ਸੀ ਨਾ, ਕਿ ਉਹਨਾਂ ਨੂੰ ਪਤਾ ਸੀ ਕਿ ਇਹ ਗੱਲ ਗਲਤ ਹੈ, ਪਖੰਡ ਹੈ। ਕੁਛ ਲੋਕ ਜਿਹੜੇ ਨੇ, ਵੇਖੋ ਜਿਹੜੇ ਤਾਂ ਪ੍ਰੋਫੈਸ਼ਨਲ ਨੇ, ਉਹ ਨੇ ਚਲਾਕ, ਜੇ ਜਿੰਨਾ ਸਾਨੂੰ ਪਤਾ ਹੈ ਨਾ ਵੀ ਇਹ ਕਰਮ ਕਾਂਡ ਜੋ ਵੀ ਹੈ, ਇਹ ਚਮਤਕਾਰੀ ਕਹਾਣੀਆਂ, ਇਹਨਾਂ ਚ ਕੁਛ ਨਹੀਂ ਹੈਗਾ, ਸਾਡੇ ਤੋਂ ਜ਼ਿਆਦਾ ਜਿਹੜੇ ਸੁਣਾਉਣ ਵਾਲੇ ਨੇ ਨਾ ਉਹਨਾਂ ਨੂੰ ਪਤਾ ਹੈ। ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਸੁਣਨ ਵਾਲੇ ਮੰਦ ਬੁੱਧੀ ਨੇ, ਹੈ ਨਾ, ਸੁਣਨ ਵਾਲੇ ਮੰਦ ਬੁੱਧੀ ਨੇ ਵੀ ਜਿਹੜੇ ਇੱਥੇ ਇਹ ਤੇ ਨਾ ਉਹ ਮਾਤਾ ਕੋਲਾਂ ਦੀਆਂ ਜਥੇ ਦੇ ਕਹਿੰਦੇ ਉਹਨਾਂ, ਉਹ ਕਹਿੰਦੀ ਬੱਚਾ ਗਿਆ ਪੁਲਿਸ ਚ ਭਰਤੀ ਹੋਣਾ ਸੀ ਤੇ ਛਾਤੀ ਦੀ ਜਿਹੜੀ ਚੜਾਈ ਸੀ ਨਾ ਉਹ ਪੂਰੀ ਨਹੀਂ ਸੀ, 2 ਇੰਚ ਘੱਟ ਸੀ, ਹੈ, ਤੇ ਉਹਨੂੰ ਫਿਰ 2 ਦਿਨਾਂ ਬਾਅਦ ਬੁਲਾਇਆ, ਉਹਨੇ ਇੰਨੇ ਪਾਠ ਕੀਤੇ ਬਾਬਾ ਦੀਪ ਸਿੰਘ ਦੇ, ਉਹਨੇ ਅਰਦਾਸਾਂ ਕੀਤੀਆਂ, ਇਹ ਜੋਤਾਂ ਜਗਾਈਆਂ, ਤੇ ਉਹਦੀ ਜੀ ਦੂਜੇ ਦਿਨ ਵੇਖਿਆ ਤੇ ਉਹਦੀ ਛਾਤੀ ਪੂਰੀ, ਦੇ ਤੇਰੇ ਦੀ ਜਕਾਰੇ ਤੇ ਜਕਾਰਾ, ਦੇ ਜਕਾਰੇ ਤੇ ਜਕਾਰਾ, ਮਤਲਬ ਕਿ ਇਦਾਂ ਇਮਪ੍ਰੈਸ ਇਹ ਲੋਕ ਕਰਦੇ ਨੇ। ਮਤਲਬ ਸੁਣਨ ਵਾਲਾ ਨਾ, ਮੈਂ ਦੇਖਦੀ ਹਾਂ ਵੀ ਕਿਤੇ ਨਾ ਕਿਤੇ ਆਪਾਂ ਜਿਹੜੇ ਸੁਣਨ ਵਾਲੇ ਨੇ ਨਾ ਸਾਰੇ, ਉਹ ਗਲਤ ਨਹੀਂ, ਅਸਲ ਚ ਉਹ ਮੰਦ ਬੁੱਧੀ ਨੇ, ਔਰ ਅਸਲ ਵਿੱਚ ਉਹ ਹੈਲਪਲੈਸ ਵੀ ਨੇ। ਉਹਨਾਂ ਦੀ ਥਾਟ ਪ੍ਰੋਸੈਸ ਜਿਹੜਾ ਹੈ ਉਹ ਇਦਾਂ ਨਹੀਂ ਹੈ ਵੀ ਅਸੀਂ ਕਰਕੇ ਹੀ ਇਸ ਚੀਜ਼ ਨੂੰ ਪਾਣਾ ਹੈ। ਉਹਨਾਂ ਨੂੰ ਇਹ ਲੱਗਦਾ ਹੈ ਵੀ ਸਾਨੂੰ 55 ਪਾਠ ਕਰਨੇ ਸੌਖੇ ਨੇ, ਪਰ ਜਿਹੜਾ ਜਿਹੜਾ ਕੰਮ ਕਰਕੇ ਅਸੀਂ ਜਿਹੜੇ ਜਗ੍ਹਾ ਤੇ ਪਹੁੰਚਣਾ ਹੈ ਉਹ ਔਖਾ ਹੈ। ਤੁਹਾਡੀ ਗੱਲ ਤੋਂ ਇੱਕ ਗੱਲ ਮੈਨੂੰ ਚੇਤੇ ਆ ਗਈ, ਮੇਰੇ ਨਾ ਸਾਡੇ ਨਾਲ ਇੱਕ ਮੁੰਡਾ ਹੁੰਦਾ ਸੀਗਾ, ਤਾਂ ਜਦੋਂ ਮੈਂ ਆਈਲੈਟਸ ਦੀ ਤਿਆਰੀ ਕਰਦਾ ਸੀਗਾ ਤੇ ਉਹ ਨਾਲ ਹੁੰਦਾ ਸੀਗਾ, ਤੇ ਕਾਲਜ ਚ ਮਤਲਬ ਬਹੁਤ ਹੀ ਵੀਕ ਸਟੂਡੈਂਟ ਜਿਹੜੇ ਹੁੰਦੇ ਆ, ਤੇ ਉਦਾਂ ਸੀ ਬੋਡੀ ਬਿਲਡਰ, ਬੋਡੀ ਬਿਲਡਿੰਗ ਕਰਦਾ ਸੀਗਾ, ਤੇ ਬਾਹਰ ਜਾਣ ਦਾ ਜਿੱਦਾਂ ਨਹੀਂ ਕੁਛ ਬਣਦਾ, ਅਗਲਾ ਕਹਿੰਦਾ ਚਲੋ ਬਾਹਰ ਨਿਕਲ ਜਾਓ ਕਿਸੇ ਪਾਸੇ, ਆਈਲੈਟਸ ਦੀ ਕਲਾਸਾਂ ਲਾਈਆਂ 5-7 ਕੇ ਇੱਦਾਂ, ਤੇ ਉੱਥੇ ਕਿਆ ਕਰੇ, ਕਹਿੰਦਾ ਜੀ ਮੈਡਮ ਜੀ ਜੇ ਮੈਂ ਉਹਨਾਂ ਨੂੰ ਕਹਾਂ ਵੀ ਇੰਗਲਿਸ਼ ਬੋਲਣ ਨੂੰ ਨਾ ਕਹੋ, ਘਸੁੰਨ ਮੇਰੇ 10-15 ਮਾਰ ਲਓ ਭਵਾਂ, ਕਹਿੰਦਾ ਮੈਨੂੰ ਜ਼ਿਆਦਾ ਕੋਈ ਨੀ ਗਾ। ਜਿਹੜੀ ਗੱਲ ਤੁਸੀਂ ਕਰਦੇ ਨਾ ਹੈਲਪਲੈਸ ਹੈ ਬੰਦੇ ਇੱਦਾਂ, ਉਹ ਕਹਿੰਦੇ ਵੀ ਅਸੀਂ ਪਾਠ ਭਵਾਂ ਸਾਡੇ ਤੋਂ 200 ਕਰਾ ਲਓ ਭਵਾਂ, ਤੁਸੀਂ ਇੱਦਾਂ ਮਿੱਟੀ ਵੀ ਖਾ ਲਓ, ਜੇ ਤੁਸੀਂ ਕਹੋ ਉਹਨਾਂ ਨੂੰ ਵੀ ਛਾਤੀ ਤੇਰੀ 2 ਇੰਚ ਘੱਟ ਹੈ, ਕੱਲ ਨੂੰ ਪੂਰੀ ਹੋ ਜੂਗੀ, ਵੀ ਮੂਹਰੇ ਇੱਦਾਂ ਗੁਰਦੁਆਰੇ ਦੇ ਬਾਹਰ ਜਿਹੜਾ ਨਾ ਮਿੱਟੀ ਪਈ ਹੈ, ਇੱਦਾਂ ਮੰਨ ਲਓ ਜੇ ਰੂੜੀ ਪਈ ਹੈ ਤੁਸੀਂ ਇੱਦਾਂ ਕਹੋ, ਮਿੱਟੀ ਨਾ ਕਹੋ, ਕਿਸੇ ਦੀ ਰੂੜੀ ਲਾਈ ਪਈ ਹੈ, ਉਹਦੇ ਵਿੱਚੋਂ ਬਾਟੀ ਭਰ ਕੇ ਲੈ ਜੀ ਤੇ ਘਰੇ ਜਾ ਕੇ ਪਾਣੀ ਪਾ ਕੇ ਘੋਲ ਕੇ ਤੇ ਉਹਨੂੰ ਪੀ ਲਈ ਤੂੰ ਇੱਦਾਂ, ਉਹਨਾਂ ਨੇ ਉਹ ਵੀ ਪੀ ਲੈਣਾ ਇੱਦਾਂ ਬੰਦੇ, ਉਹ ਬੰਦੇ ਇਸ ਪੱਧਰ ਤੱਕ ਆਪਣੀ ਜ਼ਿੰਦਗੀ ਥੱਲੇ ਲੈ ਆਏ ਆ ਉਹ। ਹਾਂ, ਫਿਰ ਇਹ ਦੇਖੋ ਵੀ ਜਿਹੜਾ ਮਤਲਬ ਬਾਬਿਆਂ ਨੇ ਇੰਨਾ ਉਹਨਾਂ ਦੇ ਦਿਮਾਗਾਂ ਵਿੱਚ ਭਰ ਦਿੱਤਾ ਹੋਇਆ ਹੈ ਕਿ ਨਾਮ ਜਪਣ ਨਾਲ ਸਾਰਾ ਕੁਝ ਹੋ ਜਾਣਾ ਹੈ। ਉਹ ਭਲਿਓ ਤੁਸੀਂ ਆਰਟਸ ਸਬਜੈਕਟ ਰੱਖ ਕੇ ਮੈਡੀਕਲ ਚ ਐਡਮਿਸ਼ਨ ਲੈ ਲੋਗੇ, ਇੱਕ ਬੰਦਾ ਬੰਦ ਕਰ ਦਿਓ ਅੰਦਰ ਤੇ ਬਾਬਿਆਂ ਕੋਲੋਂ ਸ਼ਬਦ ਲੈ ਲਓ ਵੀ ਆ 2.5 ਲੱਖ ਵਾਰੀ ਜਾਪ ਕਰਨਾ ਹੈ ਤੇ ਉਦੋਂ ਬਾਅਦ ਤੁਹਾਡਾ ਬੰਦਾ ਜਿਹੜਾ ਨਾ ਕਮਰੇ ਚੋਂ ਡਾਕਟਰ ਬਣ ਕੇ ਤੇ ਬਾਹਰ ਨਿਕਲ ਆਵੇ। ਉਹ 1 ਕੱਪ ਚਾਹ ਬਣਾ ਦਿਓ, ਤੁਸੀਂ ਨਾਮ ਜਪ ਕੇ ਡਾਕਟਰ ਬਣਨ ਨੂੰ ਵੀ ਗੋਲੀ ਮਾਰੋ, ਤੁਸੀਂ 1 ਕੱਪ ਚਾਹ ਬਣਾ ਕੇ ਦਿਖਾ ਦਿਓ ਵੀ ਤੁਸੀਂ ਇੱਥੇ ਬੈਠੇ ਨਾਮ ਜਪੋ, ਤੇ ਤੁਸੀਂ ਵੇਖੋ ਵੀ ਤੁਹਾਡੀ ਚਾਹ ਆਟੋਮੈਟਿਕ 1 ਕੱਪ ਬਣ ਕੇ ਆ ਜਾਏ। ਮੈਂ ਤਾਂ ਇੱਕ ਪ੍ਰੋਗਰਾਮ 'ਚ ਪੁੱਛਿਆ ਲੋਕਾਂ ਦੇ ਸੀਗਾ ਕਿ ਜਿਹੜੇ ਬਾਬੇ ਆ ਤੁਸੀਂ ਨਾ ਉਹਨਾਂ ਨੂੰ ਜਿੱਦਾਂ ਜਿਹੜੇ ਬੰਦਿਆਂ ਨੂੰ ਬਾਬਿਆਂ 'ਤੇ ਜ਼ਿਆਦਾ ਭਰੋਸਾ, ਉਹ ਬਾਬੇ ਨੂੰ ਇੱਦਾਂ ਥੋੜ੍ਹਾ ਜਿਹਾ ਧਿਆਨ ਦੇਣਾ ਸ਼ੁਰੂ ਕਰੋ ਉਹਦੇ ਬਾਰੇ, ਇੱਦਾਂ ਜਦੋਂ ਨਾ ਕਦੇ ਉਹਦੇ ਘਰ ਦੇ ਵਿੱਚ ਕੋਈ ਹਾਦਸਾ ਵਾਪਰੂਗਾ, ਇੱਦਾਂ ਸੱਟ ਫੇਟ ਵੱਜੀ ਆਪਦੇ ਨਿਆਣੇ ਦੇ, ਘਰ ਵਾਲੀ ਦੇ, ਕੋਈ ਡਿੱਗ ਪਿਆ, ਕੁਛ ਹੋ ਗਿਆ ਇੱਦਾਂ,
ਉਦੋਂ ਬਾਅਦ ਦੇਖਿਓ ਸਭ ਤੋਂ ਪਹਿਲਾਂ ਕੰਮ ਕੀ ਕਰਦਾ ਉਹ, ਤੇ ਤੁਸੀਂ ਨੋਟ ਕਰੋਗੇ ਸਭ ਤੋਂ ਪਹਿਲਾਂ ਭੱਜ ਕੇ ਹੱਡੀਆਂ ਡਾਕਟਰ ਕੋਲ ਜਾਊਗਾ, ਡਾਕਟਰ ਕੋਲ ਜਾਏਗਾ, ਉੱਥੋਂ ਤੁਹਾਨੂੰ ਪਤਾ ਲੱਗ ਜਾਣਾ ਵੀ ਇਹਨੂੰ ਆਪਦੀਆਂ ਫੋਕੀਆਂ ਮੌਤਾਂ ਤੇ ਭਰੋਸਾ ਨਹੀਂ ਗਾ। ਜੇ ਇਹਨੂੰ ਵਾਕਈ ਭਰੋਸਾ ਹੁੰਦਾ ਤਾਂ ਇਹਨੇ ਟੁੱਟੀ ਹੱਡੀ ਲੈ ਕੇ ਆਪਣੇ ਬੱਚੇ ਦੀ, ਆਪਣੀ ਘਰ ਵਾਲੀ ਦੀ, ਜਾਂ ਆਪਣੀ ਜਿਹੜੀ ਹੈ ਉਹਦੇ ਤੇ ਪਾਠ ਕਰਨੇ ਸ਼ੁਰੂ ਕਰਨੇ ਸੀ। ਉਹ ਇਦਾਂ ਨੀ ਕਰਦਾ, ਅਗਲਾ ਕਹਿੰਦਾ ਯਾਰ ਮਤਲਬ ਨਹੀਂ ਤੇ ਭਾਈ ਸਾਹਿਬ ਦੀ ਵਾਰੀ ਉਦੋਂ ਪਿੱਟਾ ਹੀ ਸੀ ਨਾ, ਜਦੋਂ ਲੰਗਰ ਖੀਰ ਬਣਾਉਣ ਵਾਲਾ ਬੰਦਾ ਖੀਰ ਚ ਡਿੱਗ ਪਿਆ ਸੀ ਤੇ ਭਾਈ ਸਾਹਿਬ ਨੇ ਕਿਹਾ ਸੀ ਵੀ ਇਹਨੂੰ ਸਰੋਵਰ ਤੇ ਕਿਉਂ ਨੀ ਲੈ ਕੇ ਗਏ, ਐਗਜ਼ਾਮਪਲ ਹੈ ਸਾਹਮਣੇ ਹੀ ਹੈ। ਤੇ ਫਿਰ ਹੁਣ ਇਹਦਾ ਇਹਨਾਂ ਦੇ ਪਿੱਟਣ ਦਾ ਕਾਰਨ ਕੀ? ਔਰ ਹੁਣ ਮੈਂ ਇਹਨਾਂ ਦਿਨਾਂ ਚ ਬਲਜਿੰਦਰ ਮੈਂ ਕਈ ਵੀਡੀਓਜ਼ ਦੇਖੀਆਂ ਜਿਹੜੀਆਂ ਢੱਡੀਆਂ ਵਾਲਿਆਂ ਦੀ ਫੇਵਰ ਵਿੱਚ ਦਿੱਤੀਆਂ, ਮੈਂ ਦੇਖਿਆ ਕਿ ਉਹਨਾਂ ਬੰਦਿਆਂ ਨੂੰ ਥੋੜੀ ਜੀ ਇੰਨੀ ਅਕਲ ਹੈਗੀ ਹੈ ਕਿ ਇਹ ਹੁਣ ਗੱਲ ਦੇਖੋ ਜਿਸ ਤਰ੍ਹਾਂ ਉਹ ਬੁੱਧਵਾਰ ਜਿਹੜੇ ਦੇ ਪ੍ਰੋਗਰਾਮ ਦੇ ਵਿੱਚ ਜਿਹੜੀ ਬੱਚੀ ਦੇ ਬਿਆਨ ਨੇ, ਮੈਨੂੰ ਲੱਗਦਾ ਵੀ ਉਹ ਕਰੋੜਾਂ ਤੇ ਭਾਰੀ ਹੈ, ਲੱਖਾਂ ਤੇ ਭਾਰੂ ਹੈ ਉਹ ਛੋਟੀ ਜੀ ਕੁੜੀ, ਇੱਕ ਇਹ ਮੰਨਣਾ ਪਏਗਾ ਉਹਦੀ ਸੈਂਸ ਨੂੰ, ਉਹਦੀ ਹਰ ਚੀਜ਼ ਨੂੰ, ਸੈਲਿਊਟ ਹੈ ਮੇਰਾ। ਤੇ ਇਹਨਾਂ ਨੂੰ ਹੁਣ ਇਹ ਪਤਾ ਲੱਗ ਗਿਆ ਕਿ ਜਿੱਦਾਂ ਦੇਖੋ ਮੂਸੇ ਵਾਲੇ ਨੂੰ ਮਾਫ਼ੀ ਮੰਗਾਈ ਨਾ, ਜਿਹੜਾ ਮਾਈ ਭਾਗੋ ਦਾ ਇਤਿਹਾਸ ਬਹੁਤ ਲੋਕਾਂ ਨੂੰ ਕੱਖ ਨੀ ਸੀ ਪਤਾ ਉਹ ਉਹਨਾਂ ਤੱਕ ਪਹੁੰਚ ਗਿਆ, ਪਰ ਇਹਨਾਂ ਨੂੰ ਇਹ ਨੀ ਪਤਾ ਲੱਗ ਰਿਹਾ ਕਿ ਸਾਡਾ ਕਿਹੜਾ ਚੁੱਕਿਆ ਹੋਇਆ ਕਦਮ ਸਾਡੇ ਤੇ ਕਿਵੇਂ ਭਾਰੂ ਪੈ ਰਿਹਾ, ਇਹਨਾਂ ਨੂੰ ਕੱਖ ਨੀ ਪਤਾ ਲੱਗ ਰਿਹਾ। ਔਰ ਜੇ ਹੁਣ ਇਹ ਢੱਡੀਆਂ ਵਾਲਿਆਂ ਨਾਲ ਛੇੜਖਾਨੀ ਕੀਤੀ ਤੇ ਫਿਰ ਸਾਰੇ ਸੰਸਾਰ ਚ ਕੋਈ ਬਚਣਾ ਹੀ ਨੀ ਜਿਹਨਾਂ ਨੂੰ ਸਾਡੀਆਂ ਮੂਰਖਤਾਈਆਂ ਦਾ ਪਤਾ ਨਾ ਲੱਗਿਆ। ਹੁਣ ਜਿੱਦਾਂ ਤੁਹਾਡੇ ਰੇਡੀਓ ਵਿਰਸਾ ਦੇ ਜਿਹੜੇ ਵਿਊਅਰਸ ਨੇ ਉਹ ਵਧੇ ਕਿੱਦਾਂ, ਸਰੋਤੇ ਕਿੱਦਾਂ ਵਧੇ ਇਹਨਾਂ ਦੇ ਮਨਾ ਕਰਨ ਤੇ, ਬਈ ਉਹਨੂੰ ਛੇਕਿਆ ਕੋ ਕਹਿੰਦਾ ਯਾਰ ਕਿਹੜਾ ਬੰਦਾ ਜਿਹਨੂੰ ਛੇਕਿਆ, ਸੁਣੀਏ ਤਾਂ ਸਹੀ ਹੈਨਾ, ਉਹ ਸੁਣਦਿਆਂ ਸੁਣਦਿਆਂ ਸ਼ਹੀਦ ਹੋ ਗਏ ਹਰਨੇਕ ਤੇ ਹੈਨਾ। ਔਰ ਇਹਨਾਂ ਨੂੰ ਇਹ ਹੀ ਨਹੀਂ ਪਤਾ ਲੱਗਿਆ ਕਿ ਉਹ ਲੋਕਾਂ ਦੇ ਦਿਲਾਂ ਵਿੱਚ ਕਿੰਜ ਕਰ ਗਿਆ, ਸਾਰੀ ਟੀਮ ਸਾਰੇ ਵਰਲਡ ਦੀ ਇੱਕ ਚਹੇਤੀ ਟੀਮ ਬਣ ਗਈ ਹੈ। ਉਹ ਇੱਕ ਬੱਚੇ ਦੀ ਸ਼ਕਲ ਸਾਨੂੰ ਨਹੀਂ ਪਤਾ, ਤੁਹਾਡੀ ਵੀ ਪਤਾ ਤੇ ਮੈਂ ਠੱਡੇ ਦੀ ਵੀ ਪਤਾ, ਇੱਕ ਸੁਖਜਿੰਦਰ ਦੀ ਆਵਾਜ਼ ਆਉਂਦੀ ਹੈ, ਸਾਨੂੰ ਉਹਦੀ ਵੀ ਸ਼ਕਲ ਦਿਖਾਓ ਕਿਸੇ ਦਿਨ। ਮਤਲਬ ਮੈਂ ਬਲਜਿੰਦਰ ਮੇਰਾ ਅੱਜ ਚੰਗਾ ਹੋ ਗਿਆ ਕਿ ਤੁਹਾਡਾ ਪ੍ਰੋਗਰਾਮ ਹੈ, ਤੁਸੀਂ ਮੇਰੇ ਬੱਚਿਆਂ ਜਿੱਡੇ ਹੋ ਮੈਂ ਤਾਂ ਨਾਂ ਲੈ ਕੇ ਬੁਲਾ ਰਹੀ ਹਾਂ। ਤੇ ਜੋ ਕੁਰਬਾਨੀ ਹਰਨੇਕ ਦੀ ਹੈ ਨਾ, ਉਹਨਾਂ ਦੇ ਸਾਹਮਣੇ ਗੱਲ ਕਰਨ ਲੱਗਿਆ ਝਾਕਾ ਆਉਂਦਾ ਸੀ ਕਿ ਕੋਈ ਇਹ ਨਾ ਕਵੇ ਵੀ ਮੂੰਹ ਤੇ ਤਾਰੀਫ ਕਰਦੇ। ਮੈਂ ਕਹਿੰਦੀ ਹਾਂ ਕਿ ਜੇ ਅਸੀਂ ਵੱਡੀਆਂ ਤੋਂ ਵੱਡੀਆਂ ਸ਼ਹਾਦਤਾਂ ਸਾਹਮਣੇ ਲਿਆ ਕੇ ਰੱਖੀਏ ਨਾ, ਤੇ ਜਿਹੜਾ ਕੁਛ ਹਰਨੇਕ ਨੇ ਝੱਲਿਆ ਆਪਣੇ ਪਰਿਵਾਰ ਵਾਸਤੇ, ਜੋ ਗੰਦੀ ਜ਼ਬਾਨ ਉਹਨਾਂ ਨੇ ਝੱਲੀ ਝੱਲ ਕੇ ਤੇ ਸਟੈਂਡ ਲਿਆ, ਇਸ ਤੋਂ ਵੱਡੀ ਸ਼ਹਾਦਤ ਮੇਰੀਆਂ ਨਜ਼ਰਾਂ ਚ ਕੋਈ ਨੀ। ਮੈਂ ਇੱਕ ਦਿਨ ਉਹ ਵੀਡੀਓ ਆਨ ਕਰ ਬੈਠੀ, ਲਿਖਿਆ ਹੋਇਆ ਸੀ ਕਿ ਇਹਨੂੰ ਬੱਚੇ ਨਾ ਦੇਖੋ, ਔਰ ਮੈਂ ਮੇਰੇ ਹੱਥ ਕੰਬਣ ਲੱਗ ਪਏ ਉਹ ਤੋਂ ਬੰਦ ਕਰਨ ਲੱਗਿਆ। ਮਤਲਬ ਮੈਂ ਹੈਰਾਨ ਹੋਈ ਕਿ ਇਦੋਂ ਜ਼ਿਆਦਾ ਉਸ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਬੰਦ ਬੰਦ ਵੀ ਕੱਟੇ ਜਾਣਾ, ਕੋਈ ਗੋਲੀ ਮਾਰਦੇ ਕੋਈ ਫਰਕ ਨਹੀਂ ਪੈਂਦਾ, ਮਰ ਗਿਆ ਤੇ ਸਾਰਿਆਂ ਨੇ ਮਰਨਾ, ਪਰ ਜਿਹੜਾ ਕੁਛ ਉਹ ਝੱਲ ਕੇ ਖੜੇ ਰਹੇ ਉਹ ਤਾਂ ਉਹ ਸੂਰਮਿਆਂ ਵਾਲੀ ਗੱਲ ਹੈ। ਔਰ ਜਿਹੜੇ ਇਹ ਕਹਿੰਦੇ ਨੇ ਬਈ ਨੌਜਵਾਨਾਂ ਨੂੰ ਗੁੰਮਰਾਹ ਕਰਦੇ, ਯਾਰ ਮੀਡੀਆ ਦਾ ਟਾਈਮ ਹੈ, ਆਪਦੀਆਂ ਆਪਦੀਆਂ ਵੀਡੀਓ ਪਾਓ, ਕਿਉਂ ਤਰਲੇ ਕਰਦੇ ਫਿਰਦੇ? ਜੇ ਮੈਂ ਉਦਨ ਭਾਈ ਸਾਹਿਬ ਨੂੰ ਵੀ ਕਿਹਾ ਸੀ, ਵੇਖੋ ਕਹਿੰਦਾ ਭਾਈ ਸਾਹਿਬ ਮੈਨੂੰ 15 ਮਿੰਟ ਦੇਣੇ, ਜੇ ਤੂੰ ਕਿਉਂ ਤਰਲੇ ਕਰਦਾ ਪਿਆ, ਤੂੰ ਘੰਟਾ ਲਾ ਹਾਂ ਆਪਦੀ ਵੀਡੀਓ ਪਾ ਤੇ ਨੌਜਵਾਨਾਂ ਨੂੰ ਤੂੰ ਸਮਝਾ ਲੈ, ਹੈਨਾ। ਮੁਸੀਬਤ ਕੀ ਹੈ ਕਿ ਹਰਨੇਕ ਦਾ ਰੇਡੀਓ ਸੁਣਨਾ ਤੇ ਸਾਨੂੰ ਉਹਨਾਂ ਦਾ ਸਿਆਪਾ ਵੀ ਕਰਨਾ ਹੀ ਪੈਣਾ। ਅਸੀਂ ਨੀ ਚਾਹੁੰਦੇ ਉਹਨਾਂ ਦੀ ਆਵਾਜ਼ ਸੁਣਨੀ, ਪਰ ਕਿਉਂਕਿ ਅਸੀਂ ਹਰਨੇਕ ਨੂੰ ਸੁਣਨਾ ਇਸ ਕਰਕੇ ਸਾਨੂੰ ਉਹਨਾਂ ਦੀ ਆਵਾਜ਼ ਸੁਣਨੀ ਪੈਣੀ। ਇਹ ਗੱਲ ਉਹ ਜਾਣਦੇ ਨੇ ਕਿ ਸਾਡੀ ਗੱਲ ਕਿਸੇ ਨੇ ਸੁਣਨੀ ਨਹੀਂ, ਕਿਉਂਕਿ ਗੱਲ ਸੁਣਨ ਦੇ ਲਾਇਕ ਨਹੀਂ। ਸੋ ਅਬੇਲੀ ਬੰਦਾ ਕਹਿੰਦਾ ਕਿ ਧੰਨ ਧੰਨ ਜਨੇਮ ਦੀ ਮਾਂ ਸੂਰਮਾ ਪੈਦਾ ਕੀਤਾ ਭਾਈ, ਯੋਧਾ ਮਹਾਨ ਯੋਧਾ ਇਸ ਸਦੀ ਦਾ, ਤੇ ਤੁਹਾਡੀ ਸਾਰੀ ਟੀਮ ਤੁਹਾਨੂੰ ਬਹੁਤ ਬਹੁਤ ਪਿਆਰ, ਤੇ ਉਸ ਬੱਚੀ ਨੂੰ ਵੀ ਮੇਰਾ ਸਲੂਟ। ਔਰ ਇਹਨਾਂ ਹਾਲਾਤਾਂ ਵਿੱਚ ਬੁਰੀ ਤਰ੍ਹਾਂ ਫਸ ਗਏ, ਇੰਨੇ ਕਸੂਤੇ ਫਸੇ ਨੇ ਜਿਹਦਾ ਕੋਈ ਅੰਤ ਨਹੀਂ। ਮੈਂ ਵੀਡੀਓ ਸੁਣੀਆਂ ਜਿਹਦੇ ਵਿੱਚ ਲੋਕਾਂ ਨੇ ਕਿਹਾ ਕਿ ਭਾਈ ਸਾਹਿਬ ਉਹਨਾਂ ਨੂੰ ਤਾਂ ਕਹਿੰਦੇ ਨੇ ਅਕਾਲ ਤਖ਼ਤ ਤੇ ਪੇਸ਼ ਹੋਵੋ, ਤੇ ਜਿਨ੍ਹਾਂ ਨੇ ਮਾਈ ਗੁੱਜਰ ਕੌਰ ਨੂੰ ਉਜੜੀ ਕਿਹਾ, ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਹਿੰਦੂ ਦੇਵਤਿਆਂ ਦਾ ਅਵਤਾਰ ਕਿਹਾ, ਉਹਨਾਂ ਨੂੰ ਸੱਦੋਗੇ? ਉਹਨਾਂ ਦੀਆਂ ਕੈਸਟਾਂ ਮੰਗਾਓਗੇ? ਤੇ ਮੇਰੇ ਹਿਸਾਬ ਨਾਲ ਇਹ ਬਹੁਤ ਵੱਡੀ ਜਿੱਤ ਹੈ, ਸੁਨਾਮੀ ਆ ਗਈ ਹੈ।
ਕਿਉਂਕਿ ਉਹਨਾਂ ਨੂੰ ਹੁਣ ਇਹ ਪਤਾ ਹੈ ਵੀ ਜੇ ਉਹ ਢੱਡਰੀਆਂ ਵਾਲਿਆਂ ਦੇ ਨਾਲ ਨਹੀਂ ਖੜੋਂਦੇ ਤੇ ਆਉਣ ਵਾਲੇ ਟਾਈਮ ਵਿੱਚ ਥੂ 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 ਉਹਨਾਂ ਸਾਰਿਆਂ ਤੇ ਹੀ ਹੈ ਜਿਨ੍ਹਾਂ ਨੇ ਮਤਲਬ ਅੱਜ ਉਹ ਬੋਲਣ ਲਈ ਵੀ ਸ਼ਾਇਦ ਉਹ ਢੱਡਰੀਆਂ ਵਾਲਿਆਂ ਦਾ ਸਾਥ ਦੇਣਾ ਨਹੀਂ ਚਾਹੁੰਦੇ ਉਹਨਾਂ ਦੀਆਂ ਉਹਨਾਂ ਦੀ ਮਤਲਬ ਵੋਇਸ ਕੁਆਲਿਟੀ ਤੋਂ ਇੰਜ ਲੱਗਦਾ ਪਰ ਉਹ ਬੋਲ ਰਹੇ ਨੇ ਆਪਣੀ ਇੱਜ਼ਤ ਬਚਾਉਣ ਲਈ ਕਿਉਂਕਿ ਹੁਣ ਇਹ ਸੱਚ ਲੁਕਿਆ ਨਹੀਂ ਰਿਹਾ ਹੁਣ ਇਹ ਲਹਿਰ ਨਹੀਂ ਲਈ ਇਹ ਹੁਣ ਸੁਨਾਮੀ ਬਣ ਗਈ ਇਹ ਕਿਸੇ ਕੋਲੋਂ ਨਹੀਂ ਰੁਕੀ ਇਹਨਾਂ ਦੇ ਜਥੇ ਇਹਨਾਂ ਦੇ ਅਕਾਲ ਤਖ਼ਤ ਰਹਿਣ ਮੇਰਾ ਤਾਂ ਦਿਲ ਕਰਦਾ ਹੁੰਦਾ ਕੋਈ ਕਵੇ ਕਿ ਭਾਈ ਤੂੰ ਸਾਨੂੰ ਕੀ ਛੇਕਣਾ ਅਸੀਂ ਤੈਨੂੰ ਛੇਕਤਾ ਤੂੰ ਢੱਠੇ ਖੂਹ ਚ ਪੈ ਤੂੰ ਵੀ ਪੈ ਤੇ ਤੇਰਾ ਅਕਾਲ ਤਖ਼ਤ ਵੀ ਪਵੇ ਤੂੰ ਲਈ ਫਿਰ ਇਹਨੂੰ ਹੈਨਾ ਤੇ ਤੁਸੀਂ ਹੁੰਦੇ ਹੀ ਕੌਣ ਹੋ ਛੇਕਣ ਵਾਲੇ ਸਾਡੀ ਉੱਥੇ ਆਕਸੀਜਨ ਬੰਦ ਕੀਤੀ ਇਹਦੀ ਏਦਾਂ ਤੁਹਾਡੇ ਕੋਲ ਹੈ ਕੀ ਸਾਡੇ ਦਿਲ ਨੂੰ ਸਾਡੇ ਦਿਲ ਨੂੰ ਕੋਈ ਪੁੱਛੇ ਵੀ ਅਸੀਂ ਤਾਂ ਤੁਹਾਨੂੰ ਪਹਿਲਾਂ ਛੇਕਿਆ ਹੋਇਆ ਤੁਹਾਡੇ ਤੋਂ ਤੁਸੀਂ ਸਾਨੂੰ ਕੀ ਛੇਕਣਾ ਬਿਲਕੁਲ ਠੀਕ ਹੈ ਧੰਨਵਾਦ ਭੈਣ ਜੀ ਸਾਡਾ ਬਹੁਤ ਬਹੁਤ ਤੁਹਾਡਾ